ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ 20 ਜੁਲਾਈ ਰਾਤ ਵੇਲੇ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਤੇ ਨਾਲ ਹੀ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ 20 ਜੁਲਾਈ ਨੂੰ ਕਿਹੋ ਜਿਹਾ ਮੌਸਮ ਰਹਿ ਸਕਦਾ ਜਿਵੇਂ ਸਵੇਰ ਵੇਲੇ ਦੱਸਿਆ ਸੀ ਕਿ ਟੁੱਟਮੀਆਂ ਕਾਰਵਾਈਆਂ ਹੋਣਗੀਆਂ ਪਰ ਅੱਜ ਥੋੜੇ ਬਹੁਤੇ ਖੇਤਰਾ ਵਿੱਚ ਹੋਣਗੀਆਂ ਤੇ ਇਹ ਕਾਰਵਾਈਆਂ ਦਪਹਿਰ ਵਾਰਤ ਹੋਣਗੀਆ ਉਹ ਉਵੇਂ ਹੀ ਦੁਪਹਿਰ ਜਾਂ ਸ਼ਾਮ ਵੇਲੇ ਹੋਣਗੀਆ ਅੱਜ ਜੇਕਰ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ-ਜਿੱਥੇ ਮੀਂਹ ਪੈਣ ਦੀ ਵੱਧ ਸੰਭਾਵਨਾ ਹੈ ਉਹ ਤਕਰੀਬਨ ਲੁਧਿਆਣਾ ਤੇ ਜਲੰਧਰ ਦੇ ਕੁਝ ਇਲਾਕੇ ਇਨ੍ਹਾਂ ਵਿੱਚ ਬੱਦਲਵਾਜ ਬਣਨੀ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ 2 ਤੋਂ 4 ਘੰਟਿਆਂ ਦੇ ਵਿੱਚ ਇਨ੍ਹਾਂ ਖੇਤਰਾਂ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਹੋ ਸਕਦੀਆਂ ਹਨ ਖਾਸ ਕਰਕੇ ਲੁਧਿਆਣੇ ਦੇ ਕੁਝ ਹਲਕੇ ਜਲੰਧਰ ਦੇ ਹਲਕੇ ਜਿਵੇਂ ਕਿ ਫਲੋਰ ਨੂਰਮਹਿਲ ਸ਼ਾਹਕੋਟ ਫਗਵਾੜਾ ਏਰੀਆ ਹੋ ਗਿਆ ਆਪਣਾ ਨਵਾਂ ਸ਼ਹਿਰ ਦੇ ਕੁਝ ਇਲਾਕੇ ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਬਣ ਕੇ ਮੀਂਹ ਪੈਣ ਦੀ ਸੰਭਾਵਨਾ ਹੈ ਉਸ ਤੋਂ ਇਲਾਵਾ ਜੇਕਰ ਮਾਲਵੇ ਦੇ ਕੁਝ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਲਕਰ ਦੇ ਕੁਝ ਇਲਾਕੇ ਫਰੀਦਕੋਟ ਦੇ ਤੇ ਮੋਗੇ ਦੇ ਕੁਝ ਇਲਾਕੇ ਇਹਨਾਂ ਵਿੱਚ ਵੀ ਕੁਝ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਵੀ ਬੱਦਲਵਾਈ ਬਣੀ ਹੋਈ ਹੈ ਜੇਕਰ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਮੌਸਮ ਗਰਮ ਤੇ ਹੂਮਸ ਵਾਲੀ ਸਥਿਤੀ ਬਣੀ ਹੋਈ ਹੈ। ਤਕਰੀਬਨ ਗਰਮੀ ਤੇ ਹੂਮਸ ਕਰਕੇ ਕੁਝ ਕੁ ਹੋਰ ਖੇਤਰਾਂ ਵਿੱਚ ਵੀ ਸ਼ਰਾਟੇ ਲੱਗ ਸਕਦੇ ਹਨ। ਪਰ ਵੱਡੇ ਪੱਧਰ ਤੇ ਅਜ ਮੀਂਹ ਦੀ ਉਮੀਦ ਬਹੁਤ ਘੱਟ ਹੈ। ਕੱਲ ਤੇ ਪਰਸ ਨੂੰ ਦੋ ਦਿਨ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੀਂਹ ਦੀ ਵਾਪਸੀ ਹੋਣ ਜਾ ਰਹੀ ਹੈ। ਇਸ ਕਰਕੇ ਜੇਕਰ ਅੱਜ ਜਿਵੇਂ ਕਿ ਆਪਾਂ ਦੱਸਿਆ ਹੈ ਕਿ ਟੁੱਟਵੇਂ ਖੇਤਰਾਂ ਵਿੱਚ ਕਾਰਵਾਈਆਂ ਹੋਣਗੀਆਂ ਖਾਸ ਕਰਕੇ ਲੁਧਿਆਣਾ, ਜਲੰਧਰ, ਮੋਗਾ, ਫਰੀਦਕੋਟ ਤੇ ਫਾਜ਼ਿਲਕਾ ਦੇ ਕੁਝ ਇਲਾਕਿਆਂ ਦੇ ਵਿੱਚ। ਬਾਕੀ ਪੰਜਾਬ ਦੇ ਵੀ ਥੋੜੇ ਬਹੁਤੇ ਖੇਤਰਾ ਵਿੱਚ ਪਹਾੜਾਂ ਨਾਲ ਲੱਗਦੇ ਕਾਰਵਾਈਆਂ ਹੋ ਸਕਦੀਆਂ ਹਨ ਪਰ ਅੱਜ ਵੱਡੇ ਪੱਧਰ ਤੇ ਉਮੀਦ ਬਹੁਤ ਘੱਟ ਹੈ ਤੇ ਕੱਲ ਤੋਂ ਵੱਡੇ ਪੱਧਰ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਦੀ ਵਾਪਸੀ ਹੋਣ ਵਾਲੀ ਹੈ ਤੇ ਕੱਲ ਪਰਸੋ ਤੇ 25 ਤਰੀਕ ਤੱਕ ਲਗਾਤਾਰ ਮੀਂਹ ਪਵੇਗਾ ਜਿਹਦੇ ਵਿੱਚ ਕਈ ਵਾਰ ਝੜੀनुਮਾ ਮੀਂਹ ਪੈਣ ਦੀ ਸੰਭਾਵਨਾ ਹੈ ਜੋ ਕਿ ਸਾਰੇ ਹੀ ਪੰਜਾਬ ਨੂੰ ਮੀਂਹ ਇੱਕ ਵਾਰ ਫਿਰ ਤੋਂ ਕਵਰ ਕਰੇਗਾ